दोस्तों मैं हाँ ਤੁਹਾਡਾ दोस्त होस्ट गुरमीत निजर। अज असी पहुँच चुके हैं लुधियाना के गुरद्वारा श्री गुरु सिंह सभा मॉडल टाउन एक्सटेंशन विखे, जिथे श्रोमणी अकाली दल के वर्करां का एक भारी इकट्ठ होने जा रहा है। ਇਹ ਇਕੱਠ 7 ਤਰੀਕ ਨੂੰ ਪਟਿਆਲਾ ਵਿਖੇ ਹੋਣ ਵਾਲੀ ਜ਼ਬਰ ਵਿਰੋਧੀ ਰੈਲੀ ਦੇ ਸੰਬੰਧ ਵਿੱਚ ਹੋਣ ਜਾ ਰਿਹਾ ਹੈ, ਜਿਸ ਨੂੰ ਸੰਬੋਧਨ ਕਰਨ ਵਾਸਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਵੀ ਪਹੁੰਚ ਰਹੀ ਹੈ। ਇੱਥੇ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਜਿੱਥੇ ਵਿਰੋਧੀ ਧਿਰ ਵੱਲੋਂ ਪਟਿਆਲਾ ਵਿਖੇ 7 ਤਰੀਕ ਨੂੰ ਰੈਲੀ ਕੀਤੀ ਜਾ ਰਹੀ ਹੈ, ਉੱਥੇ ਸੱਤਾ ਧਿਰ ਵੱਲੋਂ ਵੀ ਬਾਦਲ ਦੇ ਹਲਕਾ ਲੰਮੀ ਵਿਖੇ ਇੱਕ ਰੈਲੀ ਕੀਤੀ ਜਾ ਰਹੀ ਹੈ, ਜਿਸ ਦਾ ਹਰ ਪਾਰਟੀ ਵਰਕਰਾਂ ਦੇ ਵਿੱਚ ਇੱਕ ਬੜਾ ਸਸਪੰਸ ਪੈਦਾ ਹੋਇਆ ਹੈ ਕਿ ਮੌਜੂਦਾ ਧਿਰ ਨੂੰ ਕਿਉਂ ਕਰਨੀਆਂ ਪੈ ਰਹੀਆਂ ਨੇ ਰੈਲੀਆਂ। ਇਸ ਬਾਰੇ ਆਪਾਂ ਜਾਣਦੇ ਹਾਂ ਪਹੁੰਚਣ ਵਾਲੇ ਵਰਕਰਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਕੋਲੋਂ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੁਧਿਆਣਾ ਦੇ ਵਿੱਚ ਮੀਟਿੰਗ ਹੋ ਰਹੀ ਹੈ ਵਰਕਰਾਂ ਦੀ, ਅਤੇ ਇਸ ਮੀਟਿੰਗ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਜੋ ਜੇਲ੍ਹ ਦੇ ਮੰਤਰੀ ਸੀ ਅਕਾਲੀ ਭਾਜਪਾ ਸਰਕਾਰ ਵੇਲੇ, ਸਰਦਾਰ ਹੀਰਾ ਸਿੰਘ ਜੀ ਗਾਬੜੀਆ, ਅਤੇ ਅੱਜ ਇਹ ਵੀ ਥੋੜ੍ਹਾ ਜਿਹਾ ਜਲਦਬਾਜ਼ੀ ਵਿੱਚ ਹੈ, ਬਾਦਲ ਸਾਹਿਬ ਦਾ ਆਉਂਦਾ ਟਾਈਮ ਹੋ ਗਿਆ, ਅਤੇ ਆਓ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਦੋ ਕੁ ਸਵਾਲ ਸਿਰਫ। ਗਾਬੜੀਆ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ, ਜਿਹੜੀ ਅੱਜ ਇੱਥੇ ਮੀਟਿੰਗ ਹੋਣ ਜਾ ਰਹੀ ਹੈਗੀ ਹੈ ਇਹਦੇ ਸੰਬੰਧ ਦੇ ਵਿੱਚ, ਰੈਲੀ ਦੇ ਸੰਬੰਧ ਦੇ ਵਿੱਚ, ਇਹਦੇ ਲਈ ਤੁਹਾਡਾ ਕੀ ਕਹਿਣਾ ਹੈ ਕਾਂਗਰਸ ਸਰਕਾਰ ਨੇ? ਦੇਖੋ ਜੀ, ਜੋ ਕਾਂਗਰਸ ਦੀ ਸਰਕਾਰ ਜਦੋਂ ਤੋਂ ਆਈ ਆ ਪਿਛਲੇ 1.5-2 ਸਾਲ ਤੋਂ, ਹਰ ਵਰਗ ਦਾ ਨੱਕ ਦਮ ਕੀਤਾ ਹੋਇਆ, ਕੋਈ ਵੀ ਵਰਗ ਖੁਸ਼ ਨਹੀਂ ਹੈ, ਅਤੇ ਸਾਰਿਆਂ ਦਾ ਕਚੂੰਬੜ ਕੱਢ ਕੇ ਰੱਖਤਾ, ਪੰਜਾਬ ਦੇ ਹਾਲਾਤ ਖਰਾਬ ਕਰਕੇ ਰੱਖਤੇ, ਇਹਨਾਂ ਨੂੰ ਰੋਕਣ ਵਾਸਤੇ ਔਰ ਉਹਨਾਂ ਨੇ ਜਿਹੜੀਆਂ ਜਾਤੀਆਂ ਉਹਦਾ ਜਵਾਬ ਦੇਣ ਵਾਸਤੇ ਅਸੀਂ ਇਹ ਜਿਹੜੀ ਰੈਲੀ ਆ ਇਹ ਪਟਿਆਲੇ 'ਚ ਉਹਦੇ ਮੋਤੀ ਮਹਿਲ ਦੇ ਬਾਹਰ ਉੱਥੇ ਰੱਖੀ ਆ, ਤਾਂ ਕਿ ਉਹਦੇ ਸੁੱਤੇ ਪਿਆ ਜਿਹੜਾ ਮਹਾਰਾਜਾ ਪਟਿਆਲਾ ਉਹਨੂੰ ਜਗਾਇਆ ਜਾ ਸਕੇ, ਉਹਦੇ ਕੰਨਾਂ 'ਚ ਰੂੰ ਕੱਢੀ ਜਾ ਸਕੇ, ਉਹਨਾਂ ਦੱਸਿਆ ਜਾ ਸਕੇ ਵੀ ਲੋਕ ਮਰ ਰਹੇ ਨੇ, ਲੋਕ ਖਰਾਬ ਹੋ ਰਹੇ ਨੇ, ਪੰਜਾਬ ਦਾ ਅਮਨ ਅਤੇ ਸ਼ਾਂਤੀ ਭੰਗ ਹੋ ਰਹੀ ਆ, ਕੋਈ ਕਾਨੂੰਨ ਦਾ ਨਾਂ ਦੀ ਕੋਈ ਚੀਜ਼ ਨਹੀਂ ਰਹੀ, ਇਸ ਕਰਕੇ ਰੈਲੀ ਵਾਸਤੇ ਸਾਰੀ ਤਿਆਰੀ ਹੋ ਰਹੀ ਹੈ। ਅਤੇ ਕੈਪਟਨ, ਸਰਕਾਰ ਬਰੋਬਰ ਰੈਲੀ ਕਰਨ ਜਾ ਰਹੀ ਹੈ ਜੀ, ਇੱਕ ਸਰਕਾਰ ਹੋਣ ਦੇ ਬਰੋਬਰ ਅਪੋਜੀਸ਼ਨ ਦੇ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਸੱਤਾਧਾਰੀ ਪਾਰਟੀ ਅਪੋਜੀਸ਼ਨ ਦੇ ਬਰੋਬਰ ਰੈਲੀ ਕਰਨ ਜਾ ਰਹੀ ਹੈ, ਉਹਨਾਂ ਨੇ ਵੀ 7 ਤਰੀਕ ਨੂੰ ਅਨਾਊਂਸ ਕੀਤਾ ਜੀ ਲੰਬੀ ਦੇ ਵਿੱਚ ਕਿੱਲਿਆਂ ਵਾਲੀ, ਤਾਂ ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਉਹ ਤਾਂ ਵੈਸੇ ਉਹਨੂੰ ਸ਼ਰਮ ਹੋਣੀ ਚਾਹੀਦੀ ਹੈ ਵੀ 1.5-2 ਸਾਲ ਪਹਿਲਾਂ ਉੱਥੇ ਜਾ ਕੇ ਇਲੈਕਸ਼ਨ ਲੜਿਆ, ਬਾਦਲ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਲੜਿਆ, ਜ਼ਮਾਨਤ ਜ਼ਬਤ ਕਰਾ ਕੇ ਆਇਆ, ਉਦੋਂ ਬਾਅਦ ਤਾਂ ਉੱਥੇ ਵੜਿਆ ਨਹੀਂ ਜਾ ਕੇ, ਹੁਣ ਕਿਹੜਾ ਮੂੰਹ ਲੈ ਕੇ ਜਾਊਗਾ ਉੱਥੇ, ਕਿਹੜੇ ਉੱਥੇ ਐਲਾਨ ਕਰਨ ਵਾਸਤੇ ਚੱਲਿਆ ਵੀ ਮੈਂ ਲੋਕਾਂ ਦਾ ਆਹ ਭਲਾ ਕਰਤਾ, ਮੈਂ ਲੋਕਾਂ ਨੂੰ ਆਹ ਦਿੱਤਾ, ਕਹਿੰਦੇ ਸੀ ਮੈਂ ਆਟਾ ਦਾਲ ਦੇ ਨਾਲ ਦੇਸੀ ਘਿਓ ਵੀ ਦੇਊਂਗਾ, ਚਾਹ ਪੱਤੀ ਵੀ ਦੇਊਂਗਾ, ਖੰਡ ਵੀ ਦੇਊਂਗਾ, 2,500 ਪੈਨਸ਼ਨ ਕਰ ਦੂੰਗਾ, 51,000 ਸਗਨ ਸਕੀਮ ਕਰ ਦੂੰਗਾ, ਕਰਜ਼ਾ ਸਾਰਾ ਦਾ ਸਾਰਾ ਕਿਸਾਨਾਂ ਦਾ ਮਾਫ਼ ਕਰ ਦੂੰਗਾ, ਉੱਥੇ ਕੀ ਕਹੂਗਾ ਇਹ ਜਾ ਕੇ? ਝੂਠ ਹੀ ਆ ਜਿੰਨਾ ਮਰਜ਼ੀ ਬੋਲੀ ਜਾਵੇ, ਇੱਕ ਡਰਾਮਾ ਆ, ਡਰਾਮਾ ਕਰਨ ਵਾਸਤੇ ਜਾ ਰਿਹਾ, ਅਸੀਂ ਤਾਂ ਲੋਕਾਂ ਦੇ ਹਿੱਤਾਂ ਲਈ ਜਾ ਰਹੇ ਹਾਂ, ਅਸੀਂ ਲੋਕਾਂ ਦੇ ਕੇਸ ਲੈ ਕੇ ਜਾ ਰਹੇ ਹਾਂ, ਅਤੇ ਉਹ ਕੀ ਕਹੂਗਾ ਉੱਥੇ ਜਾ ਕੇ? ਜਿਹੜੀਆਂ ਹੁਣ ਤੱਕ ਬਾਦਲ ਸਾਹਿਬ ਨੇ ਜਿੰਨੀਆਂ ਵੀ ਮੀਟਿੰਗਾਂ ਇਹ ਜ਼ਬਰ ਵਿਰੋਧੀ ਰੈਲੀ ਦੇ ਸੰਬੰਧ 'ਚ ਜਾ ਕੇ ਕੀਤੀਆਂ ਜ਼ਿਲ੍ਹਾਵਾਰ, ਅੱਜ ਲੁਧਿਆਣਾ 'ਚ ਹੋ ਰਹੀ ਹੈ, ਅਤੇ ਜਿਹੜਾ ਇਕੱਠ ਇੱਥੇ ਸਿਰਫ ਵਰਕਰਾਂ ਦੇ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਸਭ ਤੋਂ ਵੱਡਾ ਇਕੱਠ ਇੱਥੇ ਹੋਣ ਜਾ ਰਿਹਾ ਹੈਗਾ, ਅਤੇ ਇਹਦੇ ਲਈ ਤੁਸੀਂ ਸ਼੍ਰੋਮਣੀ ਅਕਾਲੀ ਦੇ ਦਲ ਦੇ ਕਿਹੜੇ ਮੈਂਬਰ ਨੂੰ ਜਾਂ ਕਿਹੜੇ ਅਹੁਦੇਦਾਰ ਨੂੰ ਵਧਾਈ ਦੇਣ ਦੇ ਪਾਤਰ ਹੋ? ਹਰ ਵਰਕਰ ਹੀ ਵਧਾਈ ਦਾ ਪਾਤਰ, ਛੋਟੇ ਛੋਟਾ ਵਰਕਰ ਜਿਹੜਾ ਉਹ ਵੀ ਵਧਾਈ ਦਾ ਪਾਤਰ ਆ, ਵੱਡੇ ਤੋਂ ਵੱਡਾ ਜਿਹੜਾ ਲੀਡਰ ਉਹ ਵੀ ਵਧਾਈ ਦਾ ਪਾਤਰ ਆ, ਕਿਉਂਕਿ ਇਹ ਕਾਮਨ ਕਾਜ ਆ, ਇਹ ਕਿਸੇ ਇੱਕ ਦਾ ਨਾਂ ਨਹੀਂ ਗਾ, ਇਹ ਸਾਰੇ ਹੀ ਆਪਣੀ ਮਿਹਨਤ ਕਰਕੇ ਲਗਨ ਕਰਕੇ ਅੱਜ ਬੜੇ ਚਾਅ ਨਾਲ ਬੜੇ ਸ਼ਰਧਾ ਦੇ ਨਾਲ ਲੋਕਾਂ ਦੇ ਮਸਲਿਆਂ ਦੀ ਗੱਲ ਹੋਣੀ ਆ, ਉਹਦੇ ਵਿੱਚ ਆਪੋ ਆਪਣਾ ਯੋਗਦਾਨ ਪਾ ਰਹੇ ਨੇ। ਥੈਂਕ ਯੂ ਜੀ। ਇਹ ਸੀ ਜੀ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗਾਬੜੀਆ ਜੀ, ਅਤੇ ਜਿਹਨਾਂ ਦਾ ਇਹ ਗੱਲ ਕਹਿਣੀ ਹੈ ਕਿ ਕੈਪਟਨ ਸਾਹਿਬ ਜਿਹੜੇ ਅੱਜ ਤੱਕ ਕਦੇ ਘਰੋਂ ਨਹੀਂ ਨਿਕਲੇ ਸੀ, ਅਤੇ ਉਹਨਾਂ ਨੂੰ ਅਕਾਲੀ ਦਲ ਬਾਦਲ ਨੇ ਰੈਲੀ ਕਰਨ ਲਈ ਮਜਬੂਰ ਕਰ ਦਿੱਤਾ। ਧੰਨਵਾਦ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਅਤੇ ਹਰਜੀਤ ਦੁਗਰੀ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।